ਬ੍ਰੈਂਪਟਨ ਵਿੱਚ ਦੋ ਗੱਡੀਆਂ ਦੀ ਟੱਕਰ ਤੋਂ ਬਾਅਦ ਕਾਰ ਸਾਲਾ ਬੱਸ ਡਰਾਈਵਰ ਨੂੰ ਨਸ਼ਾ ਕਰਕੇ ਗੱਡੀ ਚਲਾਉਣ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ। ਪੀਲ ਪੁਲਿਸ ਨੇ ਆਖਿਆ ਕਿ ਵੀਰਵਾਰ ਨੂੰ ਰਾਤ 7 ਵਜੇ ਦੇ ਕਰੀਬ ਪੀਲ ਪੁਲਿਸ ਨੂੰ ਹਾਈਵੇ 50 ਨੇੜੇ ਕੰਟਰੀ ਸਾਈਡ ਡਰਾਈਵ ਉੱਤੇ ਇੱਕ ਬੱਸ ਵੱਲੋਂ ਕਿਸੇ ਗੱਡੀ ਨੂੰ ਪਿੱਛੋਂ ਟੱਕਰ ਮਾਰਨ ਦੀ ਜਾਣਕਾਰੀ ਮਿਲੀ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬੱਸ ਦੇ ਡਰਾਈਵਰ ਨੇ ਕਾਨੂੰਨ ਹੱਦ ਨਾਲੋਂ ਦੁੱਗਣਾ ਵੱਧ ਨਸ਼ਾ ਕੀਤਾ ਹੋਇਆ ਸੀ। ਹਾਦਸੇ ਸਮੇਂ ਬੱਸ ਵਿੱਚ 40 ਵਿਦਿਆਰਥੀ ਅਤੇ 2 ਅਧਿਆਪਕ ਸਵਾਰ ਸਨ। पुलिस ने दस कि इस मामले में कोई भी जानी या माली नुकसान नहीं होया। ब्रैम्पटन की एक अनपछाती महिला भी नशे में गड्डी चलाने चार्ज किया गया। उस वालों शराब पी के गड्डी चलाई जा रही थी।